ਨਮਸਕਾਰ, ਸਤਿ ਸ਼੍ਰੀ ਅਕਾਲ। ਮੈਂ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ, ਤੁਹਾਡਾ ਸਾਰਿਆਂ ਦਾ ਜੋਤਿਸ਼ ਦੇ ਸਭ ਤੋਂ ਖਾਸ ਤੇ ਪਾਪੂਲਰ ਸ਼ੋਅ ਤੁਹਾਡੇ ਸਿਤਾਰੇ PTC ਦੇ ਉੱਤੇ ਤਹਿ ਦਿਲੋਂ ਸਵਾਗਤ ਕਰਦੀ ਹਾਂ। ਆਪਣੇ ਮੈਂਟੋਰ, ਆਪਣੇ ਗਾਈਡ, ਆਪਣੇ ਫਾਦਰ ਐਸਟ੍ਰੋਲੋਜਰ ਡਾਕਟਰ ਪ੍ਰੇਮ ਕੁਮਾਰ ਸ਼ਰਮਾ ਜੀ ਦੀ ਗਾਈਡੈਂਸ ਨਾਲ ਮੈਂ ਡਿਸਕਸ ਕਰੂੰਗੀ ਦਿਨ ਦਾ ਪੰਚਾਂਗ ਤੇ ਰਾਸ਼ੀਫਲ। ਸਭ ਤੋਂ ਪਹਿਲਾਂ ਅੱਜ ਦਾ ਪੰਚਾਂਗ। ਅੱਜ 5 ਸਤੰਬਰ 2024 ਦੇ ਦਿਨ ਹੈ ਗੁਰੂਵਾਰ, ਯਾਨੀ ਥਰਸਡੇ। ਸ਼ੁਕਲ ਪਕਸ਼ ਦਵਿਤੀਆ ਤਿਥੀ ਰਹੇਗੀ ਦੁਪਹਿਰ ਦੇ 12:22 ਤੱਕ। ਅੱਜ ਗਣਮੂਲ ਨਹੀਂ ਹੈ, ਅੱਜ ਪੰਚਕ ਵੀ ਨਹੀਂ ਹੈ। ਗੱਲ ਕਰੀਏ ਰਾਹੂ ਕਾਲ ਦੀ, ਤੇ ਦੁਪਹਿਰ ਦੇ 1:53 ਤੋਂ ਲੈ ਕੇ ਦੁਪਹਿਰ ਦੇ 3:28 ਤੱਕ ਦਾ ਸਮਾਂ ਜਿਹੜਾ ਹੈ ਉਹ ਰਾਹੂ ਕਾਲ ਦਾ ਹੈ। ਅੱਜ ਦਾ ਸਭ ਤੋਂ ਸ਼ੁਭ ਸਮਾਂ, ਕੋਈ ਜ਼ਰੂਰੀ ਕੰਮ ਤੁਸੀਂ ਕਰਨਾ ਹੈ, ਕੋਈ ਇੰਪੋਰਟੈਂਟ ਡਿਸੀਜਨ ਤੁਸੀਂ ਲੈਣਾ ਹੈ, ਤੇ ਸਭ ਤੋਂ ਸ਼ੁਭ ਸਮਾਂ ਜਿਹੜਾ ਹੈ ਉਹ ਰਹੇਗਾ ਸ਼ਾਮ ਦੇ 5:02 ਤੋਂ ਲੈ ਕੇ ਸ਼ਾਮ ਦੇ 6:37 ਤੱਕ। ਹੁਣ ਗੱਲ ਕਰਾਂਗੇ ਰਾਸ਼ੀਫਲ ਦੀ। ਏਰੀਜ਼ ਯਾਨੀ ਮੇਸ਼ ਰਾਸ਼ੀ ਵਾਲਿਆਂ ਵਾਸਤੇ ਜਿਹੜੀ ਐਨਰਜੀ ਤੁਹਾਡੀ ਡਾਵਾਡੋਲ ਰਹਿ ਰਹੀਆਂ ਸੀ ਨਾ, ਕਿਤੇ ਨਾ ਕਿਤੇ ਕੰਮ ਕਰਨ ਦੀ ਇੱਛਾ ਨਹੀਂ ਹੋ ਰਹੀ ਸੀ, ਲੱਗਦਾ ਸੀ ਸਰੀਰ 'ਚ ਤਾਕਤ ਨਹੀਂ ਹੈ, ਇਹ ਐਨਰਜੀਜ਼ ਨੂੰ ਹੁਣ ਤੁਸੀਂ ਵਾਪਸ ਰਿਕਵਰ ਕਰ ਸਕੋਗੇ। ਅੱਜ ਜਿਹੜਾ ਹੈ ਕੋਈ ਵਿਰਾਸਤ ਦੇ ਤੌਰ 'ਚ ਤੁਹਾਨੂੰ ਧਨ ਮਿਲ ਸਕਦਾ, ਕੋਈ ਪ੍ਰੋਪਰਟੀ ਤੁਹਾਡੇ ਨਾਮ ਹੋ ਸਕਦੀ ਹੈ। ਐਜੂਕੇਸ਼ਨ ਫਰੰਟ ਦੇ ਉੱਤੇ ਸਟੂਡੈਂਟਸ ਨੂੰ ਆਪਣਾ ਕੋਨਫੀਡੈਂਸ ਬਣਾ ਕੇ ਰੱਖਣਾ, ਕਿਉਂਕਿ ਤੁਹਾਡੀ ਪਰਫੋਰਮੈਂਸ ਜਿਹੜੀ ਹੈ ਉਹ ਕਈ ਗੁਣਾ ਜ਼ਿਆਦਾ ਇੰਪਰੂਵ ਹੋਏਗੀ। ਅੱਜ ਜਿਹੜੇ ਸਿੰਗਰਸ ਨੇ ਉਹਨਾਂ ਵਾਸਤੇ ਵੀ ਦਿਨ ਖਾਸ ਰਹੇਗਾ, ਚੰਗੇ ਮੈਰਿਜ ਪ੍ਰਪੋਜ਼ਲਸ ਤੁਹਾਡੇ ਸਾਹਮਣੇ ਆ ਸਕਦੇ ਨੇ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 8, ਲੱਕੀ ਕਲਰ ਰਹੇਗਾ ਡਾਰਕ ਬਲੂ, ਤੇ ਤੁਸੀਂ ਉਪਾਏ ਕੀ ਕਰਨਾ ਹੈ? ਗਣੇਸ਼ ਜੀ ਨੂੰ 11 ਹਰੀ ਇਲਾਇਚੀਆਂ ਅਰਪਣ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਟੌਰਸ ਯਾਨੀ ਵ੍ਰਿਸ਼ਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿਸੇ ਘਰ ਦੇ ਸਦੱਸਿਆਂ ਨੂੰ ਲੈ ਕੇ, ਫੈਮਿਲੀ ਮੈਂਬਰ ਦੀ ਸਿਹਤ ਨੂੰ ਲੈ ਕੇ ਜੇ ਚਿੰਤਾ ਚੱਲ ਰਹੀ ਸੀ, ਤੇ ਹੁਣ ਤੁਹਾਨੂੰ ਰਾਹਤ ਦੀ ਸਾਹ ਮਿਲੇਗੀ, ਕਿਉਂਕਿ ਉਹਨਾਂ ਦੀ ਹੈਲਥ ਜਿਹੜੀ ਹੈ ਇੰਪਰੂਵ ਹੋਣੀ ਸ਼ੁਰੂ ਹੋਏਗੀ। ਸ਼ੇਅਰ ਮਾਰਕੀਟ 'ਚ ਜਿਹੜੇ ਲੋਕ ਇੰਟਰਸਟ ਰੱਖਦੇ ਨੇ, ਲਗਾਤਾਰ ਇਨਵੈਸਟਮੈਂਟਸ ਕਰਦੇ ਰਹਿੰਦੇ ਨੇ, ਉਹਨਾਂ ਵਾਸਤੇ ਚੰਗੇ ਰਿਟਰਨਸ ਦੀ ਉਮੀਦ ਅੱਜ ਕੀਤੀ ਜਾ ਸਕਦੀ ਹੈ। ਵੱਡੇ ਮੁਨਾਫੇ ਦੇ ਉੱਤੇ ਕੋਈ ਪ੍ਰੋਪਰਟੀ ਨੂੰ ਵੀ ਵੇਚਿਆ ਜਾ ਸਕਦਾ ਹੈ, ਚੰਗੀ ਸੇਲ ਤੋਂ ਰਿਟਰਨਸ ਜਿਹੜੇ ਨੇ ਤੁਹਾਨੂੰ ਮਿਲ ਸਕਦੇ ਨੇ। ਅੱਜ ਆਪਣੀ ਮੈਰਿਟਲ ਜ਼ਿੰਦਗੀ ਨੂੰ, ਆਪਣੇ ਵਿਵਾਹਿਕ ਜ਼ਿੰਦਗੀ ਨੂੰ ਥੋੜ੍ਹਾ ਜਿਹਾ ਸਮਾਂ ਦੇਣਾ ਜ਼ਰੂਰੀ ਹੋਏਗਾ, ਕਿਸੇ ਵੀ ਪ੍ਰਕਾਰ ਦੀ ਮਿਸਅੰਡਰਸਟੈਂਡਿੰਗਸ ਤੋਂ ਦੂਰੀ ਬਣਾ ਕੇ ਰੱਖਣੀ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਗ੍ਰੇ, ਤੇ ਤੁਸੀਂ ਉਪਾਏ ਕੀ ਕਰਨਾ? ਸ਼੍ਰੀ ਚੌਪਾਈ ਸਾਹਿਬ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਜਮਨਾ ਯਾਨੀ ਮਿਥੁਨ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਕਿਸੇ ਤੋਂ ਮਿਲਿਆ ਹੋਇਆ ਹੈਲਥ ਟਿਪ ਤੁਹਾਡੇ ਵਾਸਤੇ ਬੇਹੱਦ ਫਾਇਦੇਮੰਦ ਸਾਬਿਤ ਹੋ ਸਕਦਾ ਹੈ। ਜ਼ਰੂਰਤ ਹੈ ਤੇ ਬਹੁਤ ਸੀਰੀਅਸਲੀ ਸੁਣਨ ਦੀ ਤੇ ਉਹਨਾਂ ਨੂੰ ਇੰਪਲੀਮੈਂਟ ਕਰਨ ਦੀ। ਅੱਜ ਜਿਹੜਾ ਹੈ, ਜਿਹੜੇ ਲੋਕ ਬਿਜ਼ਨਸ ਕਰ ਰਹੇ ਨੇ ਉਹਨਾਂ ਵਾਸਤੇ ਸਮਾਂ ਚੰਗਾ ਨਜ਼ਰ ਆ ਰਿਹਾ, ਕੋਈ ਫੇਵਰੇਬਲ ਡਿਸੀਜਨ ਅੱਜ ਲਿੱਤਾ ਜਾ ਸਕਦਾ, ਕੋਈ ਨਵੇਂ ਇੰਪਲੋਈ ਦੀ ਜੁਆਇਨਿੰਗ ਦੇ ਨਾਲ ਤੁਹਾਡਾ ਵਰਕਲੋਡ ਜਿਹੜਾ ਹੈ ਉਹ ਵੀ ਘਟੇਗਾ। ਕੋਈ ਵਿਦੇਸ਼ ਜਾਣ ਦਾ ਸਪਨਾ ਕਈ ਲੋਕਾਂ ਦਾ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਕੰਮ ਵਾਸਤੇ ਜਿਹੜੇ ਲੋਕ ਟਰੈਵਲ ਕਰ ਰਹੇ ਨੇ ਤੇ ਤੁਹਾਡੇ ਵਾਸਤੇ ਦਿਨ ਅੱਜ ਦਾ ਖਾਸ ਰਹੇਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 18, ਲੱਕੀ ਕਲਰ ਰਹੇਗਾ ਔਰੇਂਜ, ਤੇ ਤੁਸੀਂ ਉਪਾਏ ਕੀ ਕਰਨਾ? 2 ਗੋਮਤੀ ਚੱਕਰ ਲੈਣੇ ਨੇ, ਕਿਸੇ ਵੀ ਪਵਿੱਤਰ ਜਲ ਨਾਲ ਧੋ ਕੇ ਸਾਰਾ ਦਿਨ ਆਪਣੇ ਕੋਲੇ ਜ਼ਰੂਰ ਰੱਖਣਾ। ਕੈਂਸਰ ਯਾਨੀ ਕਰਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਰੀਅਲ ਇਸਟੇਟ ਸੈਕਟਰ 'ਚ ਅੱਜ ਜਿਹੜਾ ਹੈ ਬੈਨੀਫਿਟ ਹੁੰਦਾ ਹੋਇਆ ਨਜ਼ਰ ਆ ਰਿਹਾ ਹੈ। ਫ੍ਰੀਲਾਂਸਰਸ ਵਾਸਤੇ 20 ਦਿਨ ਅੱਜ ਦਾ ਖਾਸ ਰਹੇਗਾ, ਨਵੇਂ ਲੋਕ ਤੁਹਾਡੇ ਨਾਲ ਜੁੜ ਸਕਦੇ ਨੇ, ਕੰਮ ਜਿਹੜੇ ਹੈ ਤੁਹਾਨੂੰ ਹੋਰ ਮਿਲ ਸਕਦੇ ਨੇ, ਕੋਈ ਪੈਂਡਿੰਗ ਪੇਮੈਂਟ ਚੱਲ ਰਹੀ ਸੀਗੀ ਉਹ ਵੀ ਹੁਣ ਤੁਹਾਡੀ ਰਿਲੀਜ਼ ਹੋ ਸਕਦੀ ਹੈ। ਵਿਦੇਸ਼ ਜਾਣ ਦਾ ਸਪਨਾ ਕਈ ਲੋਕਾਂ ਦਾ ਪੂਰਾ ਹੁੰਦਾ ਹੋਇਆ ਨਜ਼ਰ ਆ ਰਿਹਾ, ਜੇ ਸਪੈਸ਼ਲੀ ਜਿਹੜੇ ਬੱਚੇ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹ ਰਹੇ ਸੀ ਤੇ ਤੁਹਾਨੂੰ ਵੀ ਆਫਰ ਲੈਟਰਸ ਅੱਜ ਮਿਲ ਸਕਦੇ ਨੇ। ਓਵਰਆਲ ਐਜੂਕੇਸ਼ਨ ਫਰੰਟ ਤੁਹਾਡੇ ਵਾਸਤੇ ਅੱਜ ਦਿਨ ਸ਼ਾਨਦਾਰ ਰਹੇਗਾ, ਜਿਹੜੇ ਲੋਕ ਐਜੂਕੇਸ਼ਨ ਸੈਕਟਰ ਨਾਲ ਜੁੜੇ ਹੋਏ ਨੇ, ਕੰਮ ਕਰ ਰਹੇ ਨੇ, ਅੱਜ ਦਾ ਦਿਨ ਤੁਹਾਡੇ ਵਾਸਤੇ ਵੀ ਗਰੋਥ ਓਰੀਐਂਟਡ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 2, ਲੱਕੀ ਕਲਰ ਰਹੇਗਾ ਸਿਲਵਰ, ਤੇ ਤੁਸੀਂ ਉਪਾਏ ਕੀ ਕਰਨਾ? 2 ਲਾਲ ਗੁਲਾਬ ਤੇ 2 ਲਾਲ ਅਨਾਰ ਪ੍ਰਭੂ ਦੇ ਚਰਨਾਂ 'ਚ ਜ਼ਰੂਰ ਚੜਾਉਣੇ ਅੱਜ।
ਲੀਓ ਯਾਨੀ ਸਿੰਘ ਰਾਸ਼ੀ ਵਾਲਿਆਂ ਵਾਸਤੇ ਸੈਲਰੀ ਵਧਣ ਦੀ ਨਿਊਜ਼ ਜਿਹੜੀ ਹੈ ਅੱਜ ਤੁਹਾਨੂੰ ਮਿਲ ਸਕਦੀ ਹੈ। ਕਿਤੇ ਨਾ ਕਿਤੇ ਪੈਸੇ ਨੂੰ ਲੈ ਕੇ ਕੋਈ ਦਿੱਕਤ ਪਰੇਸ਼ਾਨੀ ਚੱਲ ਰਹੀ ਸੀ ਤੇ ਹੁਣ ਮਸਲੇ ਰਿਜ਼ੋਲਵ ਹੋਣਗੇ, ਪੈਸੇ ਦਾ ਇੰਤਜ਼ਾਮ ਹੋ ਸਕਦਾ। ਅੱਜ ਰਿਸ਼ਤੇਦਾਰਾਂ ਨੂੰ ਮਿਲਣ ਨਾਲ ਆਪਣੇ ਗਿਲੇ ਸ਼ਿਕਵੇ ਦੂਰ ਕਰਨ ਵਾਸਤੇ ਦਿਨ ਜਿਹੜਾ ਹੈ ਉਹ ਠੀਕ ਠਾਕ ਨਜ਼ਰ ਆ ਰਿਹਾ। ਅਕੈਡਮਿਕ ਫਰੰਟ ਦੇ ਉੱਤੇ ਸਟੂਡੈਂਟਸ ਵਧੀਆ ਪਰਫਾਰਮ ਕਰ ਸਕਣਗੇ, ਕੁਝ ਬੱਚੇ ਆਪਣੇ ਟੀਚਰਸ ਦੇ ਫੇਵਰੇਟ ਵੀ ਬਣ ਸਕਦੇ ਨੇ। ਅੱਜ ਸਿੰਗਲਸ ਵਾਸਤੇ ਦਿਨ ਖਾਸ ਰਹੇਗਾ, ਕਿਤੇ ਵਿਆਹ ਦੀ ਗੱਲਬਾਤ ਚੱਲ ਰਹੀ ਸੀਗੀ ਤੇ ਹੁਣ ਚੀਜ਼ਾਂ ਸੋਲੀਡੀਫਾਈ ਹੋਣੇ, ਮਟੀਰੀਅਲਾਈਜ਼ ਹੋਣੀਆਂ ਸ਼ੁਰੂ ਹੋਣਗੀਆਂ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 1, ਲੱਕੀ ਕਲਰ ਰਹੇਗਾ ਮਰੂਨ, ਤੇ ਤੁਸੀਂ ਉਪਾਏ ਕੀ ਕਰਨਾ, ਮੱਥੇ ਦੇ ਉੱਤੇ ਚੰਦਨ ਦਾ ਤਿਲਕ ਲਗਾ ਕੇ ਰੱਖਣਾ। ਵਗੋ ਯਾਨੀ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਰੈਗੂਲਰ ਐਕਸਰਸਾਈਜ਼ ਦਾ ਰੂਟੀਨ ਜਿਹੜਾ ਹੈ ਉਹ ਨਹੀਂ ਛੱਡਣਾ, ਆਪਣੀ ਫਿਟਨੈਸ ਵੱਲ ਖਾਸ ਧਿਆਨ ਦੇਣਾ, ਬਾਹਰਲੇ ਖਾਣੇ ਤੋਂ, ਤਲੇ ਹੋਏ ਖਾਣੇ ਤੋਂ ਅੱਜ ਦੂਰੀ ਬਣਾ ਕੇ ਰੱਖਣੀ ਹੈ। ਵਰਕ ਪਲੇਸ ਦੇ ਉੱਤੇ ਜਿੰਨੇ ਤੁਹਾਨੂੰ ਜਿਹੜੇ ਕਹਿੰਦੇ ਨੇ ਕਿ ਜਿਵੇਂ ਤੁਹਾਨੂੰ ਗਾਈਡ ਕੀਤਾ ਜਾ ਰਿਹਾ ਹੈ ਔਰ ਜਾਂ ਕੰਮ ਤੁਹਾਨੂੰ ਦਿੱਤਾ ਜਾ ਰਿਹਾ ਹੈ ਉਹਨੂੰ ਸੀਰੀਅਸਲੀ ਲੈਣਾ, ਬੌਸ ਦੀ ਇੰਸਟਰਕਸ਼ਨਸ ਨੂੰ ਕਿਤੇ ਵੀ ਮਿਸ ਨਹੀਂ ਕਰਨਾ। ਕਿਸੇ ਕਾਨਫਰੰਸ ਜਾਂ ਮੀਟਿੰਗ ਵਾਸਤੇ ਤੁਹਾਨੂੰ ਜਿਹੜਾ ਹੈ ਇੱਕ ਆਊਟ ਆਫ ਟਾਊਨ ਟਰੈਵਲ ਕਰਨਾ ਪੈ ਸਕਦਾ, ਵਿਦੇਸ਼ ਤੋਂ ਜੁੜੀ ਹੋਈ ਕੋਈ ਚੰਗੀ ਖਬਰ ਵੀ ਅੱਜ ਸੁਣਨ ਨੂੰ ਮਿਲ ਸਕਦੀ ਹੈ। ਸਟੂਡੈਂਟਸ ਨੂੰ ਆਪਣੀ ਰਿਵੀਜ਼ਨ ਦੇ ਉੱਤੇ ਖਾਸ ਧਿਆਨ ਦੇਣ ਦੀ ਜ਼ਰੂਰਤ ਰਹੇਗੀ ਅੱਜ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 6, ਲੱਕੀ ਕਲਰ ਰਹੇਗਾ ਰੈੱਡ, ਤੇ ਤੁਸੀਂ ਉਪਾਏ ਕੀ ਕਰਨਾ, 4 ਨਵੇਂ ਗ੍ਰੀਨ ਪਲਾਂਟਸ ਲੈਣੇ ਨੇ ਘਰ ਦੇ ਮੇਨ ਰੋਡ ਦੇ ਅੱਗੇ ਬਾਹਰ ਵਾਲੇ ਪਾਸੇ ਤੁਸੀਂ ਰੱਖਦੇ ਨੇ। ਲਿਬਰਾ ਯਾਨੀ ਤੁਲਾ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੇ ਆਸ ਪਾਸ ਉਹ ਜਿਹੇ ਪੋਜ਼ਿਟਿਵ ਲੋਕ ਰੱਖਣੇ ਆ ਜਿਹੜੇ ਕਿ ਤੁਹਾਨੂੰ ਲੋ ਨਾ ਫੀਲ ਹੋਣ ਦੇ। ਕੋਈ ਤੁਹਾਡੇ ਮਨ 'ਚ ਕੋਈ ਕਿਸੇ ਗੱਲ ਨੂੰ ਲੈ ਕੇ ਟੈਨਸ਼ਨ ਚੱਲ ਵੀ ਰਹੀ ਹੈ ਤੇ ਫਿਰ ਜਿਹਨਾਂ ਦੇ ਉੱਤੇ ਤੁਸੀਂ ਬਹੁਤ ਜ਼ਿਆਦਾ ਵਿਸ਼ਵਾਸ ਕਰਦੇ ਹੋ ਉਹਨਾਂ ਨਾਲ ਜ਼ਰੂਰ ਡਿਸਕਸ ਕਰਨੀ ਹੈ। ਸਟੂਡੈਂਟਸ ਨੂੰ ਟੈਨਸ਼ਨ ਬਿਲਕੁਲ ਨਹੀਂ ਲੈ ਕੇ ਚੱਲਣੀ, ਕੋਈ ਡਾਊਟ ਚੱਲ ਰਹੇ ਸੀ, ਕੋਈ ਚੀਜ਼ ਸਮਝ ਨਹੀਂ ਆ ਰਹੀ ਸੀ ਤੇ ਆਪਣੇ ਟੀਚਰਸ ਤੋਂ ਜ਼ਰੂਰ ਟਾਈਮ ਲੈ ਕੇ ਉਹਨਾਂ ਨਾਲ ਬਹਿਣਾ, ਉਹ ਡਾਊਟਸ ਤੁਹਾਡੇ ਕਲੀਅਰ ਹੋ ਸਕਦੇ ਨੇ, ਕਨਸੈਪਟਸ ਪੱਕੇ ਹੋ ਸਕਦੇ ਨੇ। ਅੱਜ ਜਿਹੜਾ ਹੈ ਕਿਸੇ ਇਵੈਂਟ ਨੂੰ ਕੰਪਲੀਟ ਕਰਨ ਵਾਸਤੇ, ਕਿਸੇ ਇਵੈਂਟ ਨੂੰ ਸਕਸੈਸਫੁਲ ਬਣਾਉਣ ਵਾਸਤੇ ਤੁਸੀਂ ਆਪਣਾ ਪੂਰਾ ਜ਼ੋਰ ਲਗਾ ਸਕਦੇ ਹੋ। ਆਪਣੇ ਲਾਈਫ ਪਾਰਟਨਰ ਨਾਲ ਕੁਆਲਿਟੀ ਟਾਈਮ ਸਪੈਂਡ ਕਰਕੇ ਤੁਹਾਨੂੰ ਕਾਫੀ ਵਧੀਆ ਮਹਿਸੂਸ ਹੋਏਗਾ, ਲਾਈਫ ਨੂੰ ਲੈ ਕੇ ਚੰਗੇ ਡਿਸੀਜਨਸ ਵੀ ਅੱਜ ਲਿੱਤੇ ਜਾ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 9, ਲੱਕੀ ਕਲਰ ਰਹੇਗਾ ਗੋਲਡਨ, ਤੇ ਤੁਸੀਂ ਉਪਾਏ ਕੀ ਕਰਨਾ, ਸ਼੍ਰੀ ਦੁਰਗਾ ਚਾਲੀਸਾ ਦਾ ਪਾਠ ਕਰਨਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸਕੋਰਪੀਓ ਯਾਨੀ ਵ੍ਰਿਸ਼ਿਕ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਵਰਕ ਪਲੇਸ ਦੇ ਉੱਤੇ ਕੁਝ ਚੈਲੰਜਸ ਦਾ ਸਾਹਮਣਾ ਜਿਹੜਾ ਹੈ ਉਹ ਤੁਹਾਨੂੰ ਕਰਨਾ ਪੈ ਸਕਦਾ। ਥੋੜ੍ਹਾ ਜਿਹਾ ਲੋਕ ਪ੍ਰੋਫਾਈਲ ਹੋ ਕੇ ਚੱਲਣਾ, ਹਰ ਗੱਲ ਨੂੰ ਜਿਹੜਾ ਹੈ ਉਹ ਐਂਟੀ ਨਹੀਂ ਹੋ ਕੇ ਚੱਲਣਾ, ਉਸ ਗੱਲ ਦੀ ਸੀਰੀਅਸਨੈਸ, ਉਸ ਗੱਲ ਦੀ ਗਹਿਰਾਈ ਨੂੰ ਸਮਝਣ ਦੀ ਕੋਸ਼ਿਸ਼ ਕਰਨਾ। ਅੱਜ ਸਪੈਸ਼ਲ ਵਕੇਸ਼ਨ ਤੇ ਜਾਣ ਦਾ ਸੁਪਨਾ ਜਿਹੜਾ ਹੈ ਉਹ ਤੁਹਾਡਾ ਪੂਰਾ ਹੋ ਸਕਦਾ ਹੈ, ਉਹ ਤੋਂ ਜੁੜੀ ਹੋਈ ਬੁਕਿੰਗਸ ਅੱਜ ਕੀਤੀਆਂ ਜਾ ਸਕਦੀਆਂ ਨੇ। ਅਕੈਡਮਿਕ ਫਰੰਟ ਦੇ ਉੱਤੇ ਜਿਹੜੇ ਬੱਚੇ ਥੋੜ੍ਹੇ ਜਿਹੇ ਡਾਇਰੈਕਸ਼ਨਲੈਸ ਫੀਲ ਕਰ ਰਹੇ ਸੀ, ਤੁਹਾਨੂੰ ਕਿਸੇ ਦੀ ਗਾਈਡੈਂਸ ਵੀ ਮਿਲ ਸਕਦੀ ਹੈ। ਅੱਜ ਮੈਰਿਟਲ ਲਾਈਫ ਵਿੱਚ ਕੁੱਲ ਮਿਲਾ ਕੇ ਪਿਆਰ ਤੇ ਸਪੋਰਟ ਵੀ ਇੰਪਰੂਵ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 17, ਲੱਕੀ ਕਲਰ ਰਹੇਗਾ ਸੈਫਰਨ ਯਾਨੀ ਕੇਸਰੀਆ, ਤੇ ਤੁਸੀਂ ਉਪਾਏ ਕੀ ਕਰਨਾ, ਕਿਸੇ ਨਵ ਵਿਵਾਹਿਤ ਲੇਡੀ ਨੂੰ ਸ਼ਿੰਗਾਰ ਦਾ ਸਮਾਨ ਦੇਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਸੈਜੀਟੇਰੀਅਸ ਯਾਨੀ ਧਨੂ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਜਿਨ੍ਹਾਂ ਦੀ ਸਿਹਤ ਠੀਕ ਨਹੀਂ ਚੱਲ ਰਹੀ ਸੀ ਹੁਣ ਸਿਹਤ 'ਚ ਤੇਜ਼ੀ ਨਾਲ ਸੁਧਾਰ ਦੇਖਣ ਨੂੰ ਮਿਲੇਗਾ। ਵਕੇਸ਼ਨ ਤੇ ਹੋਲੀਡੇਜ਼ ਤੇ ਜਾਣ ਆਉਣ ਦੀ ਪਲੈਨਿੰਗ ਜਿਹੜੀ ਹੈ ਅੱਜ ਕੀਤੀ ਜਾ ਸਕਦੀ ਹੈ, ਉਹ ਤੋਂ ਜੁੜੀ ਹੋਈ ਰਿਸਰਚ ਜਾਂ ਬੁਕਿੰਗਸ ਵੀ ਅੱਜ ਕੰਪਲੀਟ ਕੀਤੀ ਜਾ ਸਕਦੀਆਂ ਨੇ। ਕਰਨ ਦੇ ਵਿੱਚ ਇੰਟੀਰੀਅਰਸ ਨੂੰ ਲੈ ਕੇ ਕੁਝ ਚੇਂਜਸ ਤੁਸੀਂ ਪਲਾਨ ਕਰਨਾ ਚਾਹੁੰਦੇ ਸੀ ਤੇ ਉਹ ਤੋਂ ਜੁੜੇ ਹੋਏ ਕੋਰਟਸ ਅੱਜ ਲਿੱਤੇ ਜਾ ਸਕਦੇ ਨੇ। ਅੱਜ ਕੰਪੀਟੀਸ਼ਨ ਵਿੱਚ ਜਿਹੜੇ ਬੱਚੇ ਅਪੀਅਰ ਕਰ ਰਹੇ ਨੇ ਆਪਣੇ ਹੌਸਲੇ ਨੂੰ ਬਣਾ ਕੇ ਰੱਖਣਾ, ਕੋਈ ਵੀ ਜਿਵੇਂ ਕਹਿੰਦੇ ਨੇ ਨਾ ਕਿ ਜਲਦਬਾਜ਼ੀ 'ਚ ਕੋਈ ਗਲਤੀਆਂ ਕਰਨ ਤੋਂ ਪਰਹੇਜ਼ ਕਰਨਾ, ਦਿਨ ਕੁੱਲ ਮਿਲਾ ਕੇ ਤੁਹਾਡੇ ਵਾਸਤੇ ਵਧੀਆ ਸਾਬਿਤ ਹੋਏਗਾ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 3, ਲੱਕੀ ਕਲਰ ਰਹੇਗਾ ਮਜੈਂਟਾ, ਤੇ ਤੁਸੀਂ ਉਪਾਏ ਕੀ ਕਰਨਾ, ਇੱਕ ਛੋਟਾ ਜਿਹਾ ਫਿਟਕੜੀ ਦਾ ਪੀਸ ਲੈਣਾ, ਲਾਲ ਕੱਪੜੇ 'ਚ ਉਹਨੂੰ ਬੰਨ ਕੇ ਆਪਣੇ ਘਰ ਦੇ ਮੇਨ ਡੋਰ ਦੇ ਉੱਤੇ ਤੁਸੀਂ ਟੰਗ ਦੇਣਾ।
ਕੈਪਰੀਕੋਰਨ ਯਾਨੀ ਮਕਰ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਚੰਗੀ ਸਕੀਮ 'ਚ ਇਨਵੈਸਟ ਕਰਨ ਦਾ ਹੁਣ ਤੁਹਾਨੂੰ ਮੌਕਾ ਮਿਲੇਗਾ। ਪੈਸੇ ਨੂੰ ਲੈ ਕੇ ਥੋੜ੍ਹੀ ਜਿਹੀ ਜਿਹੜੀ ਹੈ ਆਪਣੀ ਸੋਚ ਨੂੰ ਵੱਡਾ ਕਰਨਾ ਹੈ ਅਤੇ ਨਾਲ ਨਾਲ ਥੋੜ੍ਹਾ ਜਿਹਾ ਆਪਣਾ ਰਿਸਰਚ ਵਰਕ ਸਟਰੋਂਗ ਕਰਨਾ। ਅੱਜ ਜਿਹੜਾ ਹੈ ਆਪਣੇ ਜਿਹੜੇ ਹਾਊਸ ਵਾਈਫ ਨੇ ਉਹ ਆਪਣੇ ਘਰ ਦੇ ਬਜਟ ਨੂੰ ਲੈ ਕੇ, ਕਿਚਨ ਦੇ ਬਜਟ ਨੂੰ ਲੈ ਕੇ ਥੋੜ੍ਹੀ ਸਖਤਾਈ ਵਰਤ ਸਕਦੇ ਨੇ। ਸਟੂਡੈਂਟਸ ਨੂੰ ਪੋਜ਼ਿਟਿਵ ਸੋਚ ਜਿਹੜੀ ਹੈ ਗਰੋ ਕਰਨ 'ਚ ਤੁਹਾਡੀ ਹੈਲਪ ਕਰੇਗੀ। ਅੱਜ ਆਪਣੇ ਲਾਈਫ ਪਾਰਟਨਰ ਵੱਲੋਂ ਵੀ ਤੁਹਾਨੂੰ ਕੋਈ ਸਰਪ੍ਰਾਈਜ਼ ਮਿਲ ਸਕਦਾ ਹੈ, ਅਚਾਨਕ ਦੂਜੇ ਸ਼ਹਿਰ ਜਾਣ ਦਾ ਮੌਕਾ ਵੀ ਕਈ ਲੋਕਾਂ ਨੂੰ ਮਿਲ ਸਕਦਾ ਹੈ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 7, ਲੱਕੀ ਕਲਰ ਰਹੇਗਾ ਬਰਾਊਨ, ਅਤੇ ਤੁਸੀਂ ਉਪਾਏ ਕੀ ਕਰਨਾ, ਮਾਂ ਲਕਸ਼ਮੀ ਨੂੰ ਕਮਲ ਗੱਟੇ ਦੀ ਮਾਲਾ ਜ਼ਰੂਰ ਅਰਪਣ ਕਰਨੀ ਹੈ ਅੱਜ। ਐਕੁਏਰੀਅਸ ਯਾਨੀ ਕੁੰਭ ਰਾਸ਼ੀ ਵਾਲਿਆਂ ਵਾਸਤੇ ਸਿਤਾਰੇ ਕਹਿੰਦੇ ਨੇ ਕਿ ਆਪਣੀ ਨੀਂਦ ਨੂੰ ਠੀਕ ਕਰਨਾ ਜ਼ਰੂਰੀ ਹੈ, ਕਿਉਂਕਿ ਜੇ ਨੀਂਦ ਠੀਕ ਨਹੀਂ ਹੋਈ ਤਾਂ ਫਿਰ ਹੈਲਥ ਇਸ਼ੂਜ਼ ਦੇ ਲੂਪ 'ਚ ਆਪਾਂ ਘੁੰਮਣਾ ਸ਼ੁਰੂ ਹੋ ਜਾਣਗੇ। ਜਿਹੜੇ ਲੋਕ ਟੈਕਨੀਕਲ ਕੰਮਾਂ ਨਾਲ ਜੁੜੇ ਹੋਏ ਨੇ, ਅੱਜ ਦਾ ਦਿਨ ਤੁਹਾਡੇ ਵਾਸਤੇ ਗਰੋਥ ਦਿਖਾਏਗਾ, ਕਿਤੇ ਨਾ ਕਿਤੇ ਪ੍ਰਮੋਸ਼ਨ ਹੋਵੇ, ਸੈਲਰੀ ਇੰਕਰੀਮੈਂਟ ਹੋਵੇ, ਹੁਣ ਤੁਹਾਡੇ ਵਾਸਤੇ ਆ ਸਕਦੀ ਹੈ। ਮੌਸਮ ਦਾ ਮਜ਼ਾ ਲੈਣ ਵਾਸਤੇ ਲੌਂਗ ਡਰਾਈਵ 'ਤੇ ਇੰਜੋਏ ਕਰਨਾ ਵੀ ਕਰਨ ਵਾਸਤੇ ਵੀ ਅੱਜ ਤੁਹਾਨੂੰ ਸਿਤਾਰੇ ਮੌਕਾ ਜ਼ਰੂਰ ਦੇਣਗੇ। ਅਕੈਡਮਿਕ ਫਰੰਟ ਦੇ ਉੱਤੇ ਨੈਟਵਰਕਿੰਗ ਦਾ ਫਾਇਦਾ ਤੁਹਾਨੂੰ ਜ਼ਰੂਰ ਮਿਲੇਗਾ। ਜਿਹੜੇ ਬੱਚੇ ਵਿਦੇਸ਼ ਜਾ ਕੇ ਪੜ੍ਹਾਈ ਕਰਨਾ ਚਾਹ ਰਹੇ ਸੀ ਅਤੇ ਅੱਜ ਤੋਂ ਕੁਝ ਡਾਕੂਮੈਂਟੇਸ਼ਨ ਦੇ ਵਿੱਚ ਤੁਸੀਂ ਥੋੜ੍ਹਾ ਜਿਹਾ ਵਿਅਸਤ ਰਹਿ ਸਕਦੇ ਹੋ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 11, ਲੱਕੀ ਕਲਰ ਰਹੇਗਾ ਪਰਪਲ, ਅਤੇ ਤੁਸੀਂ ਉਪਾਏ ਕੀ ਕਰਨਾ, 800 ਗ੍ਰਾਮ ਚਨੇ ਦੀ ਦਾਲ ਕਿਸੇ ਵੀ ਜ਼ਰੂਰਤਮੰਦ ਸ਼ਖਸ ਨੂੰ ਜ਼ਰੂਰ ਦੇਣੀ ਹੈ ਅੱਜ। ਹੁਣ ਗੱਲ ਕਰਾਂਗੇ ਆਖਰੀ ਰਾਸ਼ੀ ਪਾਈਸਿਸ ਯਾਨੀ ਮੀਨ ਦੀ। ਮੈਡੀਟੇਸ਼ਨ ਸ਼ੁਰੂ ਕਰਨ ਨਾਲ ਤੁਹਾਨੂੰ ਕਾਫੀ ਫਾਇਦਾ ਹੋਏਗਾ। ਸੈਲਰੀ ਜਾਂ ਪੋਕਿਟ ਮਨੀ ਜਿਹੜੀ ਹੈ ਉਹ ਹੁਣ ਤੁਹਾਡੀ ਵਧਣ ਦੀ ਵੀ ਚਾਂਸਿਸ ਨਜ਼ਰ ਆ ਰਹੇ ਨੇ। ਸ਼ਹਿਰ ਤੋਂ ਬਾਹਰ ਜਾਣਾ ਅੱਜ ਜਿਹੜਾ ਹੈ ਪਲਾਨ ਅਚਾਨਕ ਬਣ ਸਕਦੇ ਨੇ, ਪਰ ਤੁਹਾਡੇ ਵਾਸਤੇ ਕਾਫੀ ਰਿਲੈਕਸਿੰਗ ਵੀ ਰਹੇਗਾ। ਇੱਕ ਮੋਨੋਟਨਸ ਦੀ ਜਾਂ ਫਿਰ ਅਨਐਕਸਪਲੇਨੇਬਲ ਜਿਹੜੀ ਟੈਨਸ਼ਨ ਚੱਲ ਰਹੀ ਸੀ ਨਾ ਦਿਮਾਗ 'ਤੇ, ਉਹ ਤੋਂ ਤੁਹਾਨੂੰ ਰਾਹਤ ਮਿਲ ਸਕਦੀ ਹੈ। ਸਟੂਡੈਂਟਸ ਨੂੰ ਸੈਲਫ ਸਟੱਡੀ ਦੀ ਅਹਿਮੀਅਤ ਸਮਝਣ ਦੀ ਹੁਣ ਜ਼ਰੂਰਤ ਪਏਗੀ। ਅੱਜ ਲੱਕੀ ਨੰਬਰ ਤੁਹਾਡਾ ਰਹੇਗਾ 4, ਲੱਕੀ ਕਲਰ ਰਹੇਗਾ ਪੀਚ, ਅਤੇ ਤੁਸੀਂ ਉਪਾਏ ਕੀ ਕਰਨਾ, ਪਕਸ਼ੀਆਂ ਨੂੰ ਭਿੱਜੀ ਹੋਈ ਹਰੀ ਮੂੰਗ ਪਾਉਣਾ ਤੁਹਾਡੇ ਵਾਸਤੇ ਰਹੇਗਾ ਸਭ ਤੋਂ ਸ਼ੁਭ। ਹੁਣ ਸਮਾਂ ਹੋ ਚੱਲਿਆ ਤੁਹਾਡੇ ਕੋਲੋਂ ਇਜਾਜ਼ਤ ਲੈਣ ਦਾ, ਪਰ ਇਸ ਵਾਅਦੇ ਨਾਲ ਕਿ ਕੱਲ੍ਹ ਫਿਰ ਮੁਲਾਕਾਤ ਹੋਏਗੀ, ਫਿਰ ਗੱਲ ਕਰਾਂਗੇ ਆਪਾਂ ਦਿਨ ਦੇ ਰਾਸ਼ੀਫਲ ਅਤੇ ਪੰਚਾਂਗ ਦੀ। ਉਦੋਂ ਤਾਈਂ ਮੈਨੂੰ ਯਾਨੀ ਐਸਟ੍ਰੋਲੋਜਰ ਮਨੀਸ਼ਾ ਕੌਸ਼ਿਕ ਨੂੰ ਦਿਓ ਇਜਾਜ਼ਤ। ਨਮਸਕਾਰ, ਸਤਿ ਸ਼੍ਰੀ ਅਕਾਲ।